हाँ जी भी जी सारा भी सत श्रीकाल जी, संदीप डेई फार तुहाडा बहुत बहुत वेलकम है जी। भी जी अज अपनी विजिट हैगी आ पिंड पड्डे जिला गुरदासपुर पैंदा तहसील बटाला। बई श्रवण आ चुके जी बइयां कोल जी, अज बइयां कोल 5-6 मझां सेल है जी। ते हुण बई जी ने गलबात करिए किन्ने प्राइस की है ते की मिलेगा रिकॉर्ड आ। उस तो पहले भी जी कैसे तो पहले इतने आके दो टाइम चुवाई जरूर करो, पास करो, पूरी तसली में खरीदो। बार बार भी जी यही बेनती होंगी है कि चुवाई जरूर कर लेके जाओ, तो नाले वीडियो बात बात शेयर कर दिया करो, फिर अगर भी किसी वीर का फायदा हो सके तो हम आप भाई जी ने गलबात करिए। हाँ जी भाई जी, सत श्रीकाल जी। सत श्रीकाल संदीप जी, सत श्रीकाल सब तो पहले सारे वीर भैन भरावान बजुर्ग देश विदेश में रहा सारू प्यार। ਸੰਦੀਪ ਜੀ ਆਪਣਾ ਤਾਂ ਇੱਕੋ ਹੀ ਮੈਸੇਜ ਹੁੰਦਾ ਵਾ ਕਿ ਮਾਂ ਪਿਓ ਦੀ ਸੇਵਾ ਅਤੇ ਸਤਿਕਾਰ। ਹਾਂਜੀ ਹਾਂਜੀ ਹਾਂਜੀ, ਅਸੀਂ ਬੇਨਤੀ ਕਰਦੇ ਹਰ ਵਾਰ ਅਸੀਂ ਹਰ ਵਾਰ ਤਰ੍ਹਾਂ ਐਤਕਾਂ ਵੀ ਅਸੀਂ ਬੇਨਤੀ ਕਰਦੇ ਕਿ ਮਾਂ ਪਿਓ ਦਾ ਜਿੰਨਾ ਵੀ ਹੋ ਸਕਦਾ ਸੇਵਾ ਕਰੋ, ਸਤਿਕਾਰ ਕਰੋ, ਕਿਉਂਕਿ ਮਾਂ ਪਿਓ ਸਾਡੇ ਵਾਸਤੇ ਇੰਨਾ ਕੁਛ ਕਰ ਜਾਂਦੇ ਆ ਨਾ, ਆਪਾਂ ਨੂੰ ਉਸ ਚੀਜ਼ ਦਾ ਪਤਾ ਨਹੀਂ ਲੱਗਦਾ। ਹਾਂਜੀ, ਜਿਉਂ ਆਪਾਂ ਨੂੰ ਮਤਲਬ ਛੋਟੇ ਹੁੰਦਿਆਂ ਤੋਂ ਬਿਠਾਉਂਦੇ ਆ ਚੰਗੇ ਸਕੂਲਾਂ 'ਚ, ਚੰਗੀਆਂ ਵਰਦੀਆਂ, ਚੰਗੇ ਖਰਚੇ, ਹਰ ਚੀਜ਼ ਅਸੀਂ ਆਉਂਦੇ ਹਾਂ, ਉਹ ਹਰ ਚੀਜ਼ ਸਾਡਾ ਖਰਚਾ ਚੁੱਕਦੇ। ਹਾਂਜੀ ਹਾਂਜੀ, ਠੀਕ ਆ ਨਾ, ਜਿੱਦਾਂ ਵੀ ਹੁੰਦਾ 20-22-25-30 ਸਾਲ ਤੱਕ ਬੱਚੇ ਦਾ, ਬਿਲਕੁਲ ਜੀ, ਜਿੰਨਾ ਚੱਕ ਮੈਰਿਜ ਨਹੀਂ ਉਹ ਉਹਦੇ ਬਣ ਕੇ ਹੀ ਰਹਿੰਦੇ। ਹਾਂਜੀ ਹਾਂਜੀ, ਮੈਨੂੰ ਇਹ ਗੱਲ ਦੀ ਸਮਝ ਕਿਉਂ ਨਹੀਂ ਆਉਂਦੀ ਵੀ ਜੇ ਮਾਂ ਪਿਓ ਇੰਨਾ ਸਮਾਂ ਸਾਡੇ ਨਾਲ ਸਾਰੀਆਂ ਸਹੂਲਤਾਂ ਦਿੰਦਾ, ਹਾਂਜੀ, ਤੇ ਆਪਾਂ ਮਾਂ ਪਿਓ ਨੂੰ ਕਿਉਂ ਨਹੀਂ ਪਾ ਸਕਦੇ? 2-4 ਸਾਲ ਹੀ ਮਗਰੋਂ ਸਾਹਮਣਾ ਪੈਂਦਾ ਵੀ ਤੇ ਮਾਂ ਪਿਓ ਤੇ ਆਪਣਾ ਆਪ ਅੱਗੇ ਲਈ ਫਿਰਦਾ। ਸਹੀ ਸਹੀ ਗੱਲ ਹੈ ਜੀ। ਤੇ ਜਿਹੜੇ ਮਗਰਲੇ 5-4 ਸਾਲ ਆ ਨਾ, ਤੁਸੀਂ ਵੀ ਪਾ ਲਿਆ ਕਰੋ। ਬਿਲਕੁਲ ਜੀ, ਤੁਸੀਂ ਵੀ ਵੱਧ ਤੋਂ ਵੱਧ ਸੇਵਾ ਕਰਿਆ ਕਰੋ। ਹਾਂਜੀ ਹਾਂਜੀ, ਉਹਨਾਂ ਨੂੰ ਪਤਾ ਲੱਗੇ ਕਿ ਜੇ ਮੈਂ ਬੱਚਿਆਂ ਨੂੰ ਮਤਲਬ ਏਦਾਂ ਵਧੀਆ ਪਾਲਿਆ ਤੇ ਮੇਰੀ ਵੀ ਸੇਵਾ ਕਰਦੇ ਆ। ਬਿਲਕੁਲ ਜੀ, ਇੰਨੀ ਕੁ ਬੇਨਤੀ ਹੈ ਜੇ ਮਾਂ ਪਿਓ ਇੰਨਾ ਕਰਦਾ ਤਾਂ ਸਾਡਾ ਵੀ ਫਰਜ਼ ਬਣਦਾ। ਫਰਜ਼ ਬਣਦਾ, ਅਸੀਂ ਵੀ ਇਹ ਚੀਜ਼ਾਂ ਸਾਰੀਆਂ ਕਰੀਏ। ਬਿਲਕੁਲ ਜੀ, ਬਸ ਇੰਨੀ ਕੁ ਬੇਨਤੀ ਕਰਨੀ ਸੀ। ਹਾਂਜੀ, ਇਹ ਸੰਦੀਪ ਜੀ ਅੱਜ ਹੀ ਮਾਲ ਸਜਾਇਆ ਵਾ ਤੁਸੀਂ ਜਿੱਦਾਂ ਪ੍ਰੋਗਰਾਮ ਬਣਾਇਆ। ਹਾਂਜੀ ਹਾਂਜੀ ਹਾਂਜੀ, ਪਰ ਇਹ ਆਪਣੀ ਵਧੀਆ ਕਿਰਪਾ ਗੁਰੂ ਮਹਾਰਾਜ ਦੀ ਵਧੀਆ ਮਾਲ ਵਾ। ਠੀਕ ਹੈ ਜੀ, ਤੇ ਜਿੰਨਾ ਵੀ ਆ ਚੁਆਇਸ ਵਿੱਚ ਬਹੁਤ ਪਾਸ ਵਾ। ਠੀਕ ਹੈ, ਆ ਮੈਂ ਕੱਲ ਪਿਛਲੀ ਰਾਤ ਦੀ ਸੋਈ ਆ, ਬਿਲਕੁਲ ਖਾਲੀ ਕੀਤੀ ਆ। ਠੀਕ ਹੈ ਜੀ, ਸਵੇਰੇ ਆਏ ਉਹਨਾਂ ਕੋ ਜਾ ਕੇ ਘਰ ਖਾਲੀ ਕੀਤੀ। ਕੱਟੀ ਕੱਟੀ ਆ ਗਈ ਜੀ, ਕੱਟੀ ਵੇਖੋ, ਕੱਟੀ ਆ ਗਈ, ਦੇਖ ਕੱਟੀ ਨੀਲੀ ਦੀ ਆ ਗਈ, ਪਿਓਰ ਨੀਲੀ ਦੀ ਕੱਟੀ, ਸਾਰੀਆਂ ਨਿਸ਼ਾਨੀਆਂ ਵੇਖ ਤੁਹਾਨੂੰ ਤੱਕ। ਹਾਂ ਜੀ ਹਾਂ, ਬਿਲਕੁਲ ਅੱਗੇ ਵੀ ਸਾਰੀਆਂ ਨਿਸ਼ਾਨੀਆਂ ਪੂਰੇ ਆ। ਦੇਖੋ ਥਾਨੇਵਾ ਬਹੁਤ ਸਾਫ ਸੁਥਰਾ, ਚਲੋ ਤੋਰੋ ਜੀ ਭਾਜੀ, ਦੇਖੋ ਪਿਓਰ ਨੀਲੀ ਦੀ ਆ ਗਈ ਮਾਜ, ਪਿਓਰ ਨੀਲੀ ਦੀ ਮੈਂ। ਆ ਦੇਖੋ ਉੱਚੀ ਲੰਮੀ ਪੂਰੀ ਵੱਡੀ ਮੱਝ ਹੈ ਜੀ, ਵੱਡੀ। ਹਾਂਜੀ ਹਾਂ, ਆ ਦੇਖੋ ਬਹੁਤ ਥਾਂ ਲੇਵਾ। ਬਿਲਕੁਲ ਜੀ, ਆ ਜਾਓ ਭਾਜੀ, ਆ ਜਾਓ, ਆ ਦੇਖੋ, ਆ ਦੇਖੋ, ਆ ਦੇਖੋ, ਠੀਕ ਹੈ ਭਾਜੀ। ਹਾਂਜੀ, ਤੇ ਦੁੱਧ ਵੀ ਸੰਦੀਪ ਜੀ ਅੱਜ ਬੋਲੇ ਤੋਂ ਬਿਲਕੁਲ ਖਾਲੀ ਕਰਤੀ ਹੈ, ਸਾਮਾਂ ਵਿੱਚ ਪਾਈ ਕਰਾਂਗੇ ਜਿੱਥੇ ਤੱਕ ਆਪਾਂ ਆਸ ਆ 8-9 ਦੇ ਵਿੱਚ ਚਾਲੂ ਕਰੂਗੇ। ਹਾਂਜੀ ਹਾਂਜੀ, ਤੇ 12 ਕਿਲੋ ਸਾਈਜ਼ੇ ਦੇਊਗੀ। ਠੀਕ ਆ, ਤੇ ਬਾਕੀ ਹੁਣ ਤੇ ਤੁਹਾਡੀਆਂ ਵੀਡੀਓ ਨੇ ਟ੍ਰੈਂਡ ਹੀ ਬਣਾਤਾ, ਘਰਾਂ ਵਾਲੇ ਵੀ 16 ਲੀਟਰ ਕਹਿਣ ਲੱਗ ਪਏ ਭਾਵੇਂ 8 ਪਾਣੀ। ਸਹੀ 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 ਗੱਲ ਹੈ ਜੀ, ਜੇ ਕੋਈ ਭੈਣ ਚਾਹੀਦਾ ਨਾ ਉਹ ਵੀ ਆਉਂਦੀ ਮੇਰੇ 16 ਹੀ ਦਿੰਦੀ, 16 ਹੀ ਦਿੰਦੀ, ਪਰ ਦੁੱਧ ਤੇ 16-12 ਹੀ ਬੜਾ ਔਖਾ, 12 ਦਿੰਦੀਆਂ 16-20 ਵਾਲੀਆਂ ਵੀ ਹੁੰਦੀ ਹੈ ਨਹੀਂ ਭੈਣ ਨਹੀਂ ਗਿਆ, ਫਿਰ ਉਹ ਫਿਰ ਮਤਲਬ ਮੱਝਾਂ ਫਿਰ 20 ਪਲੱਸ ਜਿਹੜੀਆਂ 16-12 ਵਾਲੀਆਂ ਨਾ ਉਹ 2-2 ਲੱਖ ਨੂੰ ਪਹੁੰਚ ਜਾਂਦੀਆਂ, ਪਹੁੰਚ ਜਾਂਦੇ ਪਹੁੰਚ ਜਾਂਦੇ। ਹਾਂਜੀ, ਇਸ ਕਰਕੇ ਦੁੱਧ 12 ਕਿਲੋ ਤਾਂ ਵਧੀਆ ਦੇ ਸਕਦੀ ਹੈ, 13 ਕਿਲੋ ਬਈ ਤਾਂ 12 ਹੀ ਖਾਵਾਂਗੇ ਜਿੰਨਾ। ਹਾਂਜੀ ਹਾਂਜੀ ਹਾਂਜੀ, ਇਹ ਸੰਦੀਪ ਜੀ 64,000 ਦੀ, 64,000 ਦੀ, 200 ਰੁਪਇਆ ਛੋੜ, ਰੇਟ ਤੁਹਾਨੂੰ ਪਤਾ ਹੀ ਹੈ ਸਾਡਾ ਆਪਣਾ ਫਿਕਸ ਹੁੰਦਾ, ਉਹ ਤੋਕੜ ਮੈਂ ਉਹ ਘਰ ਚਾਹ ਪਾਣੀ ਨੂੰ ਲਾਈ ਹੈ। ਠੀਕ ਹੈ ਠੀਕ ਹੈ, ਚੱਠੇ ਇੱਧਰ ਆ ਜਾ, ਇਹ ਵੀ ਨੀਲੀ ਆ, ਇਹ ਗੱਬੜਾ ਜੀ, ਗੱਬੜਾ ਦੂਜਾ ਸੁਗਾ ਵਾ, ਅਜੇ 5 ਲੈ ਜੇ, 6 ਲੈ ਜੇ, ਉਹ ਤਾਂ ਜਿੰਨੇ ਲੈ ਗਿਆ ਪਿੱਛੇ ਨੂੰ ਆ ਵਧੀਆ। ਹਾਂ ਬਿਲਕੁਲ ਵਧੀਆ ਬਣਾ ਹੋ ਗਿਆ, ਦੂਜਾ ਹੀ ਸੁਗਾ ਵਾ। ਠੀਕ ਹੈ, ਜਿੰਨਾ ਘਰ ਵਾਲੇ ਲਈ ਥੋੜੇ ਕਮਜ਼ੋਰ ਘਰ ਹੋਈਆਂ, ਤੋਰੋ ਜੀ ਨੂੰ ਵੀ ਵਿਚਾਰੇ, ਆ ਦੇਖੋ ਜੀ ਟਾਈਮ ਪਾਸ ਹੀ ਆਪਣਾ, ਆ ਦੇਖੋ ਥੋੜੇ ਜਿਹੇ ਨਿਕਰੇ ਕਿ ਥਾਂ ਜੀ ਨਿਕੀਆਂ ਨਿਕੀਆਂ ਜਿੱਦਾਂ ਗਾਇ ਨੂੰ ਥਣੀਆਂ ਹੀ ਲੱਗੀਆਂ ਹੁੰਦੀਆਂ। ਬਿਲਕੁਲ ਆ ਦੇਖੋ, ਹਾਂਜੀ
13 किलो कढ़ना है अपने बहुत लेवे हिसाब से मैं भी सारा दुध पट्टा सन लेवा जरा ना यह दुध कढ़ा बहुत वा जिन्ना इन जिदा सोना लेवा लगा पर आपा एदा रुपया 60,000 आपे लोगों ने वीडियो वाले ने दित्तियां ठीक है भाजी एक सारा इना पता लग गया इना ही मुनाफा लिया हाँ जी हाँ जी ठीक है ना हाँ जी 60 की बेचांगे 200 रुपया ही छोड़ हो गए मेरा ठीक है जी बस इनकी बेनती है ये झोटी हां जी ये भी होने आई है बहुत सोहनी है जी आ देखो बच्चा जी ठीक है जी ठीक है भाई बहुत पॉली एक एक गिट थान कड्डू ठीक है इना पसमान एडा होगा हाँ जी ਇਹਦੀ ਕੀਮਤ ਸੰਦੀਪ ਜੀ 60,000 ਰੁਪਇਆ ਲਵਾਂਗੇ 59 ਠੀਕ ਹੈ ਜੀ ਠੀਕ ਹੈ ਨਾ ਤੇ 200 ਰੁਪਇਆ ਹੀ ਛੋੜ ਬਾ ਠੀਕ ਹੈ ਜੀ ਬਸ ਇਹੋ ਹੀ ਆਪਣੇ ਕੋਲੋਂ ਮਾਲ ਵਾ ਬਾ ਠੀਕ ਹੈ ਜੀ ਤੇ ਬੇਨਤੀ ਇਹੋ ਹੀ ਸੰਦੀਪ ਜੀ ਆਪਾਂ ਕਰਦੇ ਹਾਂ ਕਿ ਹਰ ਵਾਰਾਂ ਦੀ ਤਰ੍ਹਾਂ ਜਿਹੜਾ ਵੀ ਮੇਰਾ ਵੀਰ ਆਉਣਾ ਵਾ ਆ ਕੇ ਤਾਂ ਆਪਣਾ ਤਸੱਲੀ ਕਰੋ ਹਾਂਜੀ ਉਹ ਕਿਉਂ ਕਹਿਣਾ ਪੈਂਦਾ ਵਾ ਸੰਦੀਪ ਜੀ ਆਪਾਂ ਜਦੋਂ ਦੇ ਸਾਡੇ ਚੈਨਲ ਤੇ ਆਏ ਆ ਨਾ ਹਾਂਜੀ ਲੋਕਾਂ ਨੇ ਬੇਹੱਦ ਸਾਨੂੰ ਪਿਆਰ ਕੀਤਾ ਕਿ ਸਹੀ ਗੱਲ ਅਸੀਂ ਜ਼ਿੰਦਗੀ ਚ ਸੋਚਿਆ ਵੀ ਨਹੀਂ ਸੀ ਇੰਨਾ ਪਿਆਰ ਹਾਂਜੀ ਬਿਲਕੁਲ ਜੀ ਤੇ ਜਦੋਂ ਇੰਨਾ ਪਿਆਰ ਕੀਤਾ ਹੋਵੇ ਨਾ ਤਾਂ ਸਾਨੂੰ ਉਹਨਾਂ ਦੇ ਬਾਰੇ ਸੋਚਣਾ ਵੀ ਬਹੁਤ ਪੈਂਦਾ ਹਾਂਜੀ ਹਾਂ ਤੇ ਇਸ ਕਰਕੇ ਇਹੋ ਹੀ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਮੇਰਾ ਵੀਰ ਪਿਛਲੀ ਵਾਰੀ ਆਪਾਂ ਇੱਕ ਨੰਬਰ ਭੁੱਲ ਗਏ ਸੀ ਪਾਉਣਾ ਗਲਤ ਨੰਬਰ ਹਾਂਜੀ ਹਾਂਜੀ ਬਿਲਕੁਲ ਉਹ ਵੀਰ ਜੀ ਨੂੰ ਆਪਾਂ ਪਛਾਣ ਲਓ ਬਹਿ ਜਾਓ ਹਾਂਜੀ ਮੈਂ ਕਹਿ ਦੋ ਮਾੜਾ ਜਾ ਹਾਂਜੀ ਤੇ ਇਸ ਕਰਕੇ ਬੇਨਤੀ ਕਰਦੇ ਆ ਵੀਰ ਜੀ ਵੀ ਤੁਸੀਂ ਇੰਨਾ ਪਿਆਰ ਦਿੱਤਾ ਨੰਬਰ ਗਲਤ ਪੈ ਗਿਆ ਤੇ ਮਈਆਂ ਫੇਰ ਵੀ ਵੇਖ ਗਿਆ ਸਹੀ ਗੱਲ ਹੈ ਜੀ ਇਸ ਤੋਂ ਵੱਧ ਪਿਆਰ ਹੋ ਸਕਦਾ ਵੀ ਨੰਬਰ ਗਲਤ ਲਿਖਿਆ ਹੋਵੇ ਤੇ ਉਹ ਮਈਆਂ ਸਾਡੀਆਂ ਫੇਰ ਸਾਰੀਆਂ ਵੇਖ ਗਈਆਂ ਕੱਤੇ ਘੰਟੇ ਚ ਵਿਕੀਆਂ ਬਿਲਕੁਲ ਜੀ ਬਿਲਕੁਲ ਤੇ ਅਸੀਂ ਤੇ ਮੇਰੇ ਕੋਲ ਤਾਂ ਸ਼ਬਦ ਹੈ ਨਹੀਂ ਹਾਂਜੀ ਹਾਂਜੀ ਜਿੰਨੇ ਕੁ ਆਪਣੇ YouTube ਤੇ ਸੰਦੀਪ ਡੇਰੀ ਫਾਰਮ ਤੇ ਦੇਖਦੇ ਨਾ ਸਾਨੂੰ ਮੇਰੇ ਵੀਰ ਹਾਂਜੀ ਜੀ ਮੇਰੇ ਕੋਲ ਤਾਂ ਸ਼ਬਦ ਹੈ ਨਹੀਂ ਬਿਲਕੁਲ ਜੀ ਕਿਹਦੇ ਸ਼ਬਦਾਂ ਨਾਲ ਧੰਨਵਾਦ ਕਰੀਏ ਇੰਨਾ ਪਿਆਰ ਨੰਬਰ ਵੀ ਹੈ ਨਹੀਂ ਤੇ ਮੱਝ ਫੇਰ ਲੈ ਮੱਝ ਫੇਰ ਸਹੀ ਗੱਲ ਹੈ ਜੀ ਇਸ ਕਰਕੇ ਜਦੋਂ ਇੰਨਾ ਪਿਆਰ ਦਿੰਦੇ ਨਾ ਤੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਹਾਂਜੀ ਤੇ ਜੀਂਦੇ ਵਾਸਤੇ ਰੋ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ ਜੋ ਕੁਛ ਤੁਸੀਂ ਸਾਡੇ ਵਾਸਤੇ ਕਰਦੇ ਹੀ ਕੋਸ਼ਿਸ਼ ਕਰਾਂਗੇ ਚੰਗੇ ਤੋਂ ਚੰਗਾ ਕਰੀਏ ਇਨਸਾਨ ਆ ਇਸ ਟਾਈਮ ਤੇ ਗਲਤੀ ਵੀ ਹੋ ਜਾਂਦੀ ਭਾਜੀ ਹੋ ਜਾਂਦੀ ਇਨਸਾਨ ਆ ਨਾ ਹੋ ਸਕਦੀ ਹੈ ਸਹੀ ਗੱਲ ਹੈ ਤੇ ਕੋਸ਼ਿਸ਼ ਕਰਾਂਗੇ ਕੋਈ ਗਲਤੀ ਉਹ ਫੇਰ ਸੁਧਾਰਾਂਗੇ ਬਿਲਕੁਲ ਜੀ ਤੇ ਬਸ ਇੰਨੀਆਂ ਕੁ ਬੇਨਤੀਆਂ ਮੇਰਾ ਵੀ ਰਹੋ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਹਾਂਜੀ ਹਾਂਜੀ ਟਾਈਮ ਚ ਉਹ ਦੋ ਟਾਈਮ ਚ ਉਹ ਤੁਹਾਡੀ ਖੁਸ਼ੀ ਹੈ ਜਿੰਨਾ ਕੋਈ ਦੱਸਿਆ ਇੰਨਾ ਕੀ ਕੋਸ਼ਿਸ਼ ਠੀਕ ਹੈ ਜੀ ਨਾ ਤੁਹਾਡੇ ਵੀਰ ਦਾ ਸਰਵਣ ਸਿੰਘ ਪਿੰਡ ਪੱਡੇ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ
ਨਾਲ ਨਜ਼ਦੀਕ ਡੇਰਾ ਬਿਆਸ ਰਾਧਾ ਸੁਆਮੀ ਵੀ ਲੱਗ ਜਾਂਦਾ ਹੈਗਾ, ਮਹਿਤਾ ਵੀ ਲੱਗ ਜਾਂਦਾ ਹੈਗਾ ਵਾ, ਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਵੀ ਕਸਬਾ ਛੋਟਾ ਜਿਹਾ ਕਮਾਣ ਵੀ ਹੈਗਾ। ਹਾਂਜੀ ਹਾਂਜੀ ਹਾਂਜੀ, ਤੇ ਇਸ ਕਰਕੇ ਇਹ ਸਾਰਾ ਕੁਛ ਨਾਲ ਨਾਲ ਹੀ ਆ। ਬਾਕੀ ਨਾ ਪਤਾ ਲੱਗੇ ਤਾਂ ਫਿਰ ਫੋਨ ਤੇ ਪੁੱਛ ਲਿਆ ਕਰੋ, ਬਿਲਕੁਲ ਜੀ, ਹਨਾ। ਤੇ ਫੋਨ ਨੰਬਰ 98721 16727, 98721 16727, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।